ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ 16 ਜੂਨ ਅਤੇ ਆਪਣੀ ਸੰਗਤ ਆ ਗਈ ਹੋਈ ਆ, ਅਤੇ ਜਿਹੜੀ ਟ੍ਰੇਨ ਸੀ ਟ੍ਰੇਨ ਥੋੜ੍ਹੀ ਲੇਟ ਆ, ਅਤੇ ਸਾਰੇ ਬੈਠੇ ਹੋਏ ਆ, ਲਾਲੀ ਭਾਅ ਜੀ ਫੋਨ 'ਤੇ ਲੱਗੇ ਆ, ਮਾਤਾ ਜੀ ਬੈਠੇ ਹੋਏ ਆ। ਸੋ ਸੰਗਤ ਆ ਵਾ, ਇਹ ਲਾਲੀ ਭਾਅ ਜੀ ਔਰਗਨਾਈਜ਼ਰ ਕਦੋਂ ਆਉਣੀ ਹੈ ਟੂਰ ਦੇ ਔਰਗਨਾਈਜ਼ਰ, ਇਹਨਾਂ ਨੇ 40 ਬੰਦਿਆਂ ਦਾ ਟੂਰ ਕੀਤਾ ਅਤੇ ਆਪਣੀਆਂ 2 ਟਿਕਟਾਂ ਜਿਹੜੀਆਂ ਫ੍ਰੀ 'ਚ ਕਰ ਲਈਆਂ। ਅਤੇ ਆ ਵੀ ਜਾ ਰਹੇ ਭਾਅ ਜੀ ਉਹਨਾਂ ਨਾਲ, ਭਾਅ ਜੀ ਨਹੀਂ ਵੀ ਜਾ ਰਹੇ ਆ, ਪਰ ਦੇਖਣ ਨੂੰ ਨਹੀਂ ਲੱਗਦਾ ਜਾ ਰਹੇ, ਪਰ ਜਾ ਰਹੇ ਆ। ਸੋ ਸਾਰੇ ਜਾ ਰਹੇ ਆ। ਸੋ ਲਗਭਗ 17 ਜਾਣੇ ਹੋਣੇ ਆਪਣੇ ਨਾਲ, ਹੈ ਨਾ ਭਾਅ ਜੀ? 17-18 ਜਾਣੇ 17-18 ਜਾਣੇ, ਅਤੇ ਸਾਰਿਆਂ ਦੀ ਕਮਿਸ਼ਨ ਖਾ ਕੇ ਬੰਦੇ ਨੇ ਆਪਣੀ ਟਿਕਟ ਫ੍ਰੀ 'ਚ ਕਰ ਲਈ ਆ, ਫ੍ਰੀ ਆਫ ਕੋਸਟ। ਅਤੇ ਸੰਗਤ ਜੀ, ਅੱਜ ਜਿਹੜੀ ਕਟਰੇਨ ਸੀ ਪਹਿਲੇ ਜਾਣੀ 5:30 ਵਜੇ ਸੀ, ਅਤੇ ਸੱਚਖੰਡ ਐਕਸਪ੍ਰੈਸ ਹੁਣ 3:30 ਹੋਣ ਦੇ ਆ, 3:30 ਵਜੇ ਤੱਕ ਜਿਹੜੀ ਜਾਏਗੀ। ਉਹ ਫਾਈਨਲੀ ਸੱਚਖੰਡ ਐਕਸਪ੍ਰੈਸ ਆ ਗਈ ਆ, ਭੀੜ ਪੂਰੀ ਪੈ ਗਈ ਆ, ਅਤੇ ਲਾਲੀ ਭਾਅ ਜੀ ਨੇ ਆਪਣਾ ਰੁਮਾਲ ਬੰਨ ਲਿਆ, ਡਾਕੂ ਬਣ ਗਏ, ਕਿਉਂਕਿ ਇਹਨਾਂ ਨੇ ਸਾਨੂੰ ਹੁਣ ਡੱਬੇ ਬਣਾਉਣੇ ਆ, ਅਤੇ ਸੰਗਤ ਬਾਕੀ ਤਿਆਰ ਆ, ਸਾਰੇ ਤਿਆਰ ਹੋ ਗਏ। ਭੀੜ ਦੇਖੋ, ਕਿਉਂਕਿ ਗੱਡੀ ਲੇਟ ਆ ਅਤੇ ਭੀੜ ਬਹੁਤ ਜ਼ਿਆਦਾ ਪੈ ਗਈ ਆ, ਅਤੇ ਸਾਡਾ A2 ਆ, ਦੇਖਦੇ ਹਾਂ ਜੀ। ਹਾਂ ਗੰਭੀਰ, ਠੀਕ ਹੈ? ਮਜ਼ੇਦਾਰ, ਠੀਕ ਹੈ, ਮਜ਼ਾ ਆ ਰਿਹਾ ਹੈ। ਸੋ ਸੰਗਤ ਬੈਠ ਗਈ ਸਾਡੀ, ਅਤੇ ਕੁਛ ਸੰਗਤ ਜਿਹੜੀ ਆ ਉਹ ਲਾਲੀ ਭਾਅ ਜੀ ਹੋਣੀ ਹਾਲੇ ਵੀ ਆਪਣਾ ਲੱਗੇ ਹੋਏ ਆ, ਭਾਅ ਵੀ ਹੋਣਾ ਨਾ, ਇਹਨਾਂ ਨੇ ਸੀਟ ਹੀ ਨਹੀਂ ਕਨਫਰਮ ਹੋਣ ਦੀ। ਕੀ ਗੱਲ ਹੋ ਗਈ ਆ? ਹਾਂ, ਅਸੀਂ ਸਾਰੇ ਪੇਮੈਂਟ ਕਰਦੇ ਹਾਂ, ਭਾਈ ਸਾਹਿਬ ਦਾ ਵਿਆਹ ਕਰਨਾ ਆਪਾਂ ਜ਼ਰੂਰ, ਜਲਦੀ ਜਲਦੀ ਕੋਈ ਕੁੜੀ ਹੋਵੇ ਤਾਂ ਦੱਸਿਓ ਜੀ ਜ਼ਰੂਰ। ਸਿੰਘ ਸਾਹਿਬ ਬਹੁਤ ਵਧੀਆ ਬੰਦੇ ਆ, ਅਤੇ 11,000 ਰੁਪਇਆ ਭਾਈ ਸਾਹਿਬ ਦੇਣਗੇ, ਜਿਹੜਾ ਕੋਈ ਗੱਲ ਨਹੀਂ ਵਿਆਹ। ਸੋ ਹੋ ਗਏ, ਸਾਰਾ ਸੈੱਟ ਹੋ ਗਿਆ, ਕੰਬਲ ਲੈਣਾ, ਕੰਬਲ ਲੈ ਲਓ, ਜਿੰਨੇ ਮਰਜ਼ੀ ਲੋਕ ਕੰਬਲ ਯਾਰ, ਕੋਈ ਗੱਲ ਨਹੀਂ। ਦੇਖੋ ਸਾਡੇ ਭਾਈ ਸਾਹਿਬ ਜੀ ਆ, ਉਹ ਲੱਗਦੇ ਹੀ ਨਹੀਂ, ਉਹ ਜਾ ਰਹੇ ਕਿਤੇ, ਉਹ ਲੱਗਦਾ ਜਿਵੇਂ ਕੰਮ 'ਤੇ ਚੱਲੇ ਆ ਸਾਡੇ ਵੀਰ ਜੀ। ਅਤੇ ਗੁੜੀਆ ਕਿੱਥੇ ਗਈ ਆ, ਬੱਚੇ ਆਪਣੇ ਉੱਪਰ ਬੈਠੇ, ਉਹਨਾਂ ਨੂੰ ਬੱਚਿਆਂ ਦੀ ਵੀ ਦਿਖਾ ਰਹੀ ਹੈ, ਇਹ ਸਾਡੇ ਗੁਰਬਲੂ। ਆਹਾ, ਹੈਲੋ ਜੀ, ਕਿੱਦਾਂ ਬੇਟਾ, ਠੀਕ ਹੈ? ਹੈਲੋ ਕਰੋ ਸਾਰੇ ਵਾਲੇ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਸੋ ਕੰਜਸਟਡ ਨਹੀਂ ਹੈਗਾ, ਸਭ ਠੀਕ ਹੈ, ਏਸੀ ਚੱਲ ਪਿਆ, ਅਤੇ ਨਿਆਣੇ ਬਹੁਤ ਖੁਸ਼ ਹੈ, ਹੈਪੀ ਸਾਰਿਆਂ ਨੇ, ਵੈਰੀ ਗੁੱਡ, ਵੈਰੀ ਗੁੱਡ, ਵਾਹਿਗੁਰੂ ਜੀ। ਸੋ ਅਸੀਂ ਆ ਗਏ ਹਾਂ ਜੀ ਲੁਧਿਆਣਾ, ਅਤੇ ਗੱਡੀ ਲੇਟ ਚੱਲ ਰਹੀ ਹੈ, 6.5 ਘੰਟੇ ਲੇਟ ਆ, ਅਤੇ ਲਾਲੀ ਭਾਅ ਜੀ ਉੱਤਰ ਗਏ ਆ, ਅਤੇ ਗਰਮੀ ਅੱਤ ਦੀ ਗਰਮੀ, ਅਤੇ ਇਹ ਆਪਣਾ 2-tier ਏਸੀ ਜੀ, ਹਾਂਜੀ, ਲੁਧਿਆਣਾ, ਲੁਧਿਆਣਾ ਭਾਅ ਜੀ, ਲੁਧਿਆਣਾ, ਲੁਧਿਆਣੇ ਆ ਗਏ ਆ, ਅਤੇ ਗਰਮੀ ਬੜੀ ਹੈ, ਲੇਕਿਨ ਚਲੋ ਸ਼ੁਕਰ ਆ ਗੁਰੂ ਸਾਹਿਬ ਦਾ ਕਿ ਏਸੀ ਹੈਗਾ ਆਪਣਾ, ਅਤੇ ਗੱਡੀ ਲੇਟ ਜਾ ਰਹੀ ਹੈ, ਅਤੇ ਕੱਲ੍ਹ ਅਸੀਂ 2:30 ਵਜੇ ਪਹੁੰਚਾਂਗੇ ਨਦੇੜ। ਸੋ ਫਾਈਨਲੀ ਰੀਚ ਹੋਇਆ ਸੀ, ਸੋ ਹਰਜੂਤ ਸਾਹਿਬ ਪਹੁੰਚ ਗਏ ਆ ਜੀ ਸਾਰੇ ਜਾਣੇ। ਸੋ ਟਾਈਮ ਹੋ ਗਿਆ 3:20 ਰਾਤ ਦੇ, ਗੱਡੀ ਬਹੁਤ ਲੇਟ ਆਈ ਹੈ, ਅਤੇ ਚੱਲਦੇ ਹਾਂ ਜੀ ਹੁਣ, ਬਾਕੀ ਸੰਗਤ ਨੂੰ ਮਿਲਦੇ ਆ। ਸੋ ਬਾਕੀ ਸੰਗਤ ਵੀ ਆ ਗਈ ਹੈ, ਰੇਡੀ ਹੈ, ਆਇਆ ਆ। ਸੋ ਸੰਗਤ ਉਤਰਦੀ ਪਈ ਹੈ ਸਾਡੀ, ਸਾਰੇ ਜਾਣੇ ਖੜੇ ਆ, ਆਖਿਰਕਾਰ ਫਾਈਨਲੀ ਲਾਲੀ ਭਾਅ ਜੀ ਬਾਹਰ ਆ ਗਏ ਆ, ਕਿਉਂਕਿ ਸਾਰਾ ਕੰਮ ਇਹਨਾਂ ਦਾ ਹੈਗਾ ਵਾ, ਤਾਂ ਭਾਬੀ ਜੀ ਵੀ ਰੇਡੀ ਹੋ ਗਏ ਆ, ਅਤੇ ਬਾਕੀ ਸਾਰੇ ਰੇਡੀ ਆ, ਅਤੇ ਹੁਣ ਅਸੀਂ ਇੱਥੋਂ ਬੱਸ ਫੜਾਂਗੇ ਅਤੇ ਵਾਪਸ ਹੀ ਜਾਵਾਂਗੇ। ਲਾਲੀ ਭਾਅ ਜੀ ਬਹੁਤ ਖੁਸ਼ ਹੈ, ਕਿਉਂਕਿ ਇਹ ਵੀਡੀਓ 'ਚ ਆਇਆ, ਇਸ ਕਰਕੇ ਇਹਨਾਂ ਨੂੰ ਜ਼ਿਆਦਾ ਖੁਸ਼ੀ ਹੋ ਰਹੀ ਹੈ।